ਲੱਗਦਾ ਵੀ ਆਪਾਂ ਬਹੁਤ ਸੋਹਣੀ ਜਗ੍ਹਾ ਤੇ ਪਹੁੰਚ ਚੁੱਕੇ ਆਂਗੇ ਤੇ ਤੁਹਾਡੇ ਨਾਲ ਬਹੁਤ ਚੀਜ਼ਾਂ ਸਾਂਝੀਆਂ ਕਰਦੇ ਆਂ। ਜੇ ਆਪਾਂ ਗੱਲ ਕਰੀਏ ਇਹੋ ਜਿਹੀ ਜਗ੍ਹਾ ਤੇ ਵੀ ਜਿੱਥੇ ਸੰਗਮ ਹੁੰਦਾ, ਜਿਹੜਾ ਇਧਰਲਾ ਪਾਸਾ ਹੈਗਾ ਮੈਂ ਵਿਖਾਊਂਗਾ, ਉਹ ਜਿਹੜਾ ਪਾਣੀ ਹੈ ਚਾਈਨਾ ਤੋਂ ਆ ਰਿਹਾ ਹੈਗਾ। ਆਪਾਂ ਖੜੇ ਆ ਖਾਬ ਦੇ ਵਿੱਚ, ਜਿਹੜਾ ਪਹਿਲਾਂ ਮੈਂ ਵਿਖਾ ਕੇ ਉਹ ਚਾਈਨਾ ਤੋਂ ਆ ਰਿਹਾ ਪਾਣੀ। ਸ਼ਾਇਦ ਨੁਆਇਸ ਇੰਨੀ ਹੈ ਵੀ ਮੇਰੀ ਆਵਾਜ਼ ਵੀ ਨਾ ਆ ਰਹੀ ਹੋਊਗੀ, ਪਰ ਫਿਰ ਵੀ ਕੋਈ ਗੱਲ ਨਹੀਂ। ਇੱਥੋਂ ਨਾਕੋ ਨੂੰ ਜਾਵਾਂਗੇ ਆਪਾਂ। ਜਿਹੜਾ ਨਾਕੋ ਹੈਗਾ ਉਹ ਆਪਾਂ ਕਹਿ ਲਈਏ ਤਾਂ ਇੱਥੋਂ 35-36 ਕਿਲੋਮੀਟਰ ਹੋਊਗਾ ਅਤੇ ਉਹ ਇੱਕ ਬਹੁਤ ਹੀ ਉੱਚਾਈ 'ਤੇ ਆ, ਅਤੇ ਆਪਾਂ ਉੱਥੇ ਜਾ ਕੇ ਮਿਨਿਸਟਰੀ ਵਗੈਰਾ ਅਤੇ ਲੇਕ ਵਗੈਰਾ ਵੇਖਾਂਗੇ। ਚਲੋ ਆ ਜਾਓ ਫਿਰ, ਚੱਲਦੇ ਹਾਂ, ਕਰਦੇ ਹਾਂ ਅੱਗੇ ਜਾ ਕੇ ਗੱਲਾਂ ਬਾਤਾਂ। ਇਹ ਬ੍ਰਿਜ ਜਿਵੇਂ ਆਪਾਂ ਗੱਲ ਕਰ ਰਹੇ ਸੀ, ਆਪਾਂ ਪਿੱਛੋਂ ਤੁਹਾਨੂੰ ਦਿਖਾਉਂਦੇ ਹਾਂ ਖਾਬ ਦਾ। ਖਾਬ ਆਪਾਂ ਪਹੁੰਚ ਚੁੱਕੇ ਹਾਂ, ਖਾਬ ਇਸ ਜਗ੍ਹਾ ਦਾ ਨਾਮ ਆ। ਜਿਹੜਾ ਬ੍ਰਿਜ ਸਾਹਮਣੇ ਵਾਲੇ ਪਾਸੇ ਨੂੰ ਜਾ ਰਿਹਾ, ਜਿੱਧਰ ਮੈਂ ਹੁਣੇ ਗੱਲ ਕਰਕੇ ਹਟਿਆ ਨਾਕੋ ਦੀ, ਉਹ ਨਾਕੋ ਵਾਲੀ ਸਾਈਡ ਆ, ਉੱਧਰੋਂ ਸਪੀਤੀ ਰਿਵਰ ਆ ਰਿਹਾ। ਅਤੇ ਜੇ ਆਪਾਂ ਗੱਲ ਕਰਦੇ ਹਾਂ ਰਾਈਟ ਹੈਂਡ ਸਾਈਡ 'ਤੇ, ਤਾਂ ਰਾਈਟ ਹੈਂਡ ਸਾਈਡ 'ਤੇ ਸਤਲੁਜ ਰਿਵਰ ਆ ਰਿਹਾ ਹੈਗਾ, ਜਿਹੜਾ ਕਿ ਚਾਈਨਾ ਤੋਂ ਆ ਰਿਹਾ। ਸਾਹਮਣੇ ਉਹ ਸਪੀਤੀ ਵਾਲੀ ਸਾਈਡ ਤੋਂ ਸਪੀਤੀ ਰਿਵਰ ਆ ਰਿਹਾ, ਅਤੇ ਇਹ ਉਹ ਪੌਲ ਹੈਗਾ ਜਿਹਦੇ ਵਿੱਚ ਇਹਨਾਂ ਦਾ ਸੰਗਮ ਹੋ ਰਿਹਾ। ਇਹ ਸਾਹਮਣੇ ਸਤਲੁਜ ਰਿਵਰ ਆ, ਇਹ ਚਾਈਨਾ ਸਾਈਡ ਤੋਂ ਆ ਰਿਹਾ। ਤਾਂ ਮੈਂ ਸੋਚਿਆ ਮੈਂ ਇੱਕ ਵਾਰੀ ਆਪਾਂ 360 ਵਿਊ ਲੈ ਕੇ ਤੁਹਾਨੂੰ ਦੁਬਾਰਾ ਕਲੀਅਰ ਕਰ ਹੀ ਦੇਈਏ। ਤਾਂ ਇਹ ਉਹ ਸਾਈਡ ਆ ਰਿਵਰ ਦੀ ਜਿੱਥੇ ਸਪੀਤੀ ਰਿਵਰ ਅਤੇ ਸਤਲੁਜ ਰਿਵਰ ਇਕੱਠੇ ਹੋ ਕੇ ਅੱਗੇ ਨੂੰ ਜਾਂਦੇ ਆ ਬਸਪਾ ਡੈਮ ਵੱਲ ਨੂੰ, ਜਿਹੜਾ ਕਿ ਆਪਾਂ ਲਾਸਟ ਵਲੌਗ 'ਚ ਤੁਹਾਨੂੰ ਵਿਖਾ ਚੁੱਕੇ ਹਾਂ। ਆਪਾਂ ਨੂੰ ਕੁਛ ਬਾਈਕਰਸ ਮਿਲੇ ਹੈਗੇ, ਆਪਾਂ ਉਹਨਾਂ ਨਾਲ ਵੀ ਥੋੜ੍ਹੀਆਂ ਬਹੁਤੀਆਂ ਗੱਲਾਂ ਕਰਦੇ ਹਾਂ, ਅਤੇ ਆਪਾਂ ਨੂੰ ਵੀ ਪਤਾ ਲੱਗਾ ਵੀ ਇਹ ਪਠਾਨਕੋਟ ਤੋਂ ਆ, ਅਤੇ ਪਠਾਨਕੋਟ ਤੋਂ ਪੰਜਾਬੀ ਕਰਕੇ ਚਲੋ ਆਪਾਂ ਇਹਨਾਂ ਨਾਲ ਥੋੜ੍ਹੀਆਂ ਗੱਲਾਂ ਬਾਤਾਂ ਕੀਤੀਆਂ। ਅਤੇ ਇਸ ਤੋਂ ਬਾਅਦ ਆਪਾਂ ਚੱਲਾਂਗੇ, ਥੋੜ੍ਹਾ 5-4 ਮਿੰਟ ਹੋਰ ਰੁਕਾਂਗੇ, ਆਨੰਦ ਲਵਾਂਗੇ। ਜਿਵੇਂ ਜਿੰਮੀ ਸਾਹਮਣੇ ਆਪਾਂ ਵੇਖ ਹੀ ਰਹੇ ਹਾਂ, ਯੋਧਾ ਫਿਲਮਸ ਤੋਂ ਸ਼ੋਟ ਕੱਢ ਰਿਹਾ। ਸਾਹਮਣੇ ਵਾਲਾ ਰਸਤਾ ਬਹੁਤ ਕਮਾਲ ਦਾ ਹੈਗਾ, ਬਹੁਤ ਕਮਾਲ ਦਾ ਰਸਤਾ, ਤੁਸੀਂ ਵੇਖ ਕੇ ਹੈਰਾਨ ਰਹਿ ਜਾਓਗੇ। ਲਓ ਜੀ, ਆਪਾਂ ਸਫ਼ਰ ਸ਼ੁਰੂ ਕਰਨ ਲੱਗੇ ਹਾਂ ਖਾਬ ਤੋਂ ਨਾਕੋ ਦਾ। ਅਤੇ ਮੈਂ ਤੁਹਾਡੇ ਨਾਲ ਦਾਅਵੇ ਨਾਲ ਕਹਿ ਰਿਹਾ ਕਿ ਇਹ ਜਿਹੜਾ ਰੋਡ ਹੈ ਵਰਲਡ ਦਾ ਮੋਸਟ ਬਿਊਟੀਫੁਲ ਰੋਡ ਆ ਜਿਹਦੇ ਉੱਤੇ ਆਪਾਂ ਸਫ਼ਰ ਕਰ ਰਹੇ ਹਾਂ। ਅਤੇ ਇਹਦੇ ਵਿੱਚ ਬਹੁਤ ਹੀ ਸੋਹਣੇ ਵਿਊਜ਼ ਆਉਣ ਵਾਲੇ ਹੈਗੇ। ਆਪਾਂ ਜਿਵੇਂ ਜਿਵੇਂ ਅੱਗੇ ਨੂੰ ਜਾਵਾਂਗੇ, ਤੁਸੀਂ ਗੈਸ ਹੀ ਨਹੀਂ ਕਰ ਪਾਓਗੇ ਕਿ ਆਪਾਂ ਇਹ ਇੰਡੀਆ ਵਿੱਚ ਘੁੰਮ ਰਹੇ ਹਾਂ, ਆਪਾਂ ਹਿਮਾਚਲ 'ਚ ਘੁੰਮ ਰਹੇ ਹਾਂ, ਤੁਸੀਂ ਗੈਸ ਨਹੀਂ ਕਰ ਪਾਓਗੇ। ਅਤੇ ਆਪਾਂ ਜੇ ਗੱਲ ਕਰਦੇ ਹਾਂ ਥੱਲੇ ਦੀ, ਆਪਾਂ ਹੁਣ ਜਿਹੜਾ ਰਿਵਰ ਆਪਣੇ ਬਿਲਕੁਲ ਨੇੜੇ ਜਾ ਰਿਹਾ, ਆਪਾਂ ਰਿਵਰ ਦੇ ਨਾਲ ਨਾਲ ਜਾ ਰਹੇ ਹਾਂ, ਅਤੇ ਆਪਾਂ ਹੌਲੀ ਹੌਲੀ ਜਿਵੇਂ ਜਿਵੇਂ ਅੱਗੇ ਵਧਾਂਗੇ ਤਾਂ ਆਪਾਂ ਉੱਚਾਈ ਵੱਲ ਨੂੰ ਵੱਧਦੇ ਜਾਵਾਂਗੇ। ਅਤੇ ਜਿਹੜੀ ਰੋਡ ਦੇ ਉੱਤੇ ਆਪਾਂ ਹੁਣ ਸਫ਼ਰ ਕਰ ਰਹੇ ਹਾਂ, ਇਹ ਰੋਡ ਤੁਸੀਂ ਇਹ ਕਹਿ ਲਓ ਵੀ ਚਾਈਨਾ ਦੇ ਬਾਰਡਰ ਦੇ ਬਿਲਕੁਲ ਨੇੜੇ ਆ। ਅਤੇ ਬਿਲਕੁਲ ਨੇੜੇ ਮਤਲਬ ਵੀ ਆਪਣੇ ਰਾਈਟ ਹੈਂਡ ਸਾਈਡ ਵਾਲੇ ਸਾਈਡ ਨੂੰ ਚਾਈਨਾ ਬਹੁਤ ਨੇੜੇ ਰਹਿ ਜਾਂਦਾ। ਅਤੇ ਰੋਡ ਦੇ ਵਿੱਚ ਬਹੁਤ ਹੀ ਸੋਹਣੇ ਸੋਹਣੇ ਵਿਊ ਆਉਣ ਵਾਲੇ ਆ, ਮਤਲਬ ਹਰ ਵੈਲੀ, ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਆ, ਜਿਵੇਂ ਜਿਵੇਂ ਵੈਲੀ ਚੇਂਜ ਹੁੰਦੀ ਜਾਊਗੀ ਉਵੇਂ ਉਵੇਂ ਵਿਊਜ਼ ਵੀ ਚੇਂਜ ਹੁੰਦੇ ਜਾਣਗੇ। ਬਹੁਤ ਸ਼ਾਂਤ ਰੋਡ ਆ, ਪਾਣੀ ਦੀ ਆਵਾਜ਼ ਆ ਰਹੀ ਆ, ਅਤੇ ਬਹੁਤ ਹੀ ਤੇਜ਼ ਚੱਲਣ ਵਾਲੀਆਂ ਹਵਾਵਾਂ ਦੀ ਆਵਾਜ਼ ਆ ਰਹੀ ਆ। ਅਤੇ ਇਹ ਜਿਹੜਾ ਆਪਣਾ ਸਫ਼ਰ ਆ ਇਹ ਰਹੂਗਾ ਅੱਜ ਦਾ ਖਾਬ ਤੋਂ ਨਾਕੋ ਤੱਕ ਦਾ। ਜਿਹੜਾ ਕੋਈ ਜੇ ਆਪਾਂ ਗੱਲ ਕਰੀਏ ਤਾਂ ਤਕਰੀਬਨ ਮੈਨੂੰ ਲੱਗਦਾ ਵੀ 35-40 ਕਿਲੋਮੀਟਰ ਦਾ ਸਫ਼ਰ ਹੋਊਗਾ ਇਹ। ਅਤੇ ਆਪਾਂ ਨਾਕੋ ਜਾ ਕੇ ਫਿਰ ਇੱਕ ਮਿਨਿਸਟਰੀ ਵੇਖਾਂਗੇ ਅਤੇ ਇੱਕ ਆਪਾਂ ਲੇਕ ਦੇਖਾਂਗੇ। ਅਤੇ ਉਸ ਤੋਂ ਪਹਿਲਾਂ ਜਿਹੜੇ ਢਾਬੇ ਵਗੈਰਾ ਆਉਣਗੇ ਜਾਂ ਰੈਸਟੋਰੈਂਟਸ ਆਉਣਗੇ, ਕੈਫੇ ਆਉਣਗੇ, ਤਾਂ ਉੱਥੇ ਵੀ ਆਪਾਂ ਆਪਦਾ ਜਿਹੜਾ ਲੰਚ ਆ ਉਹ ਕਰਾਂਗੇ। ਮੈਨੂੰ ਲੱਗਦਾ ਤੁਸੀਂ ਸਾਰੇ ਪੂਰਾ ਇੰਜੋਏ ਕਰ ਰਹੇ ਹੋਵੋਗੇ ਰੋਡ ਨੂੰ। ਅਤੇ ਆਪਾਂ ਇਹ ਜਿਹੜਾ ਜੇ ਸਪੀਤੀ ਟ੍ਰਿਪ ਦੀ ਗੱਲ ਕਰਦੇ ਹਾਂਗੇ ਤਾਂ ਇਹ ਫੁੱਲ ਰੋਡ ਟ੍ਰਿਪ ਹੀ ਆ।
ਇਹਦੇ ਵਿੱਚ ਆਪਾਂ ਨੂੰ ਦੇਖਣ ਨੂੰ ਜੋ ਚੀਜ਼ ਤੁਸੀਂ ਦੇਖ ਰਹੇ ਹੋ ਇਹੀ ਨਜ਼ਾਰੇ ਮਿਲਣੇ ਆ ਡੇ ਫਸਟ ਤੋਂ ਡੇ ਲਾਸਟ ਤੱਕ। ਇਹ ਪੂਰੇ ਵਿਊਜ਼ ਨਾਲ ਭਰਿਆ ਹੋਇਆ ਰੋਡ ਹੈਗਾ, ਫੁੱਲ ਰੋਡ ਟ੍ਰਿਪ ਆ, ਇਹਦੇ ਉੱਤੇ ਆਪਾਂ ਨੂੰ ਹੋਰ ਕੁਛ ਨਹੀਂ ਮਿਲਣ ਵਾਲਾ। ਦੇਖੋ ਜਿਵੇਂ ਆਪਾਂ ਗੱਲ ਕਰਦੇ ਰਿਵਰ ਨੀਵਾਂ ਜਾ ਰਿਹਾ ਹੈਗਾ ਅਤੇ ਆਪਾਂ ਉੱਪਰ ਨੂੰ ਵੱਧਦੇ ਜਾ ਰਹੇ ਹਾਂ। ਅਤੇ ਜੇ ਆਪਾਂ ਇੱਥੇ ਆਪਾਂ ਪੋਲਿਊਸ਼ਨ ਦੀ ਗੱਲ ਕਰਦੇ ਹਾਂ ਤਾਂ ਬਿਲਕੁਲ ਵੀ ਪੋਲਿਊਸ਼ਨ ਇੱਥੇ ਨਹੀਂ ਗਾ, ਪੋਲਿਊਸ਼ਨ ਫਰੀ ਏਰੀਆ ਹੈ। ਉੱਪਰ ਜੇ ਆਪਾਂ ਬੱਦਲਾਂ ਦੀ ਜਾਂ ਅਸਮਾਨ ਦੀ ਗੱਲ ਕਰਦੇ ਹਾਂ ਤਾਂ ਉੱਥੋਂ ਵੇਖ ਕੇ ਤੁਹਾਨੂੰ ਗੈਸ ਹੋ ਰਿਹਾ ਹੋਣਾ ਹੈਗਾ ਕਿ ਕਿੰਨਾ ਸਾਫ ਮੌਸਮ ਆ। ਲਓ ਜੀ, ਆਪਾਂ ਜਿਵੇਂ ਕਿ ਆਪਾਂ ਪਹਿਲਾਂ ਲੇਹ ਲਦਾਖ ਦੇ ਟ੍ਰਿਪ ਦੇ ਉੱਤੇ ਦੇਖੇ ਸੀਗੇ, ਉੱਧਰ ਲੂਪਸ ਆਪਾਂ ਨੂੰ ਦਿਸੇ ਸੀਗੇ, ਉਵੇਂ ਇਹ ਜਿਹੜੇ ਸਾਹਮਣੇ ਤੁਸੀਂ ਦੇਖ ਰਹੇ ਹੋ ਗਾਟਾ ਲੂਪਸ ਸੀ, ਇਹ ਕਾ ਲੂਪਸ ਆ ਜਿਹੜੇ ਆਪਾਂ ਥੱਲੇ ਨੂੰ ਰੋਡ ਉੱਤਰਦੇ ਚੜ੍ਹਦੇ ਦੇਖੇ ਹੈਗੇ, ਜਿੱਥੇ ਆਪਾਂ ਜਿਗ ਜੈਕ ਰੋਡ ਜਿਹਨੂੰ ਬੋਲਦੇ ਹਾਂ, ਜਿਗ ਜੈਕ ਰੋਡ ਆਉਂਦਾ ਹੈਗਾ, ਉਹਦਾ ਨਾਮ ਇੱਥੇ ਕਾ ਲੂਪਸ ਆ। ਤੋ ਕਾ ਲੂਪਸ ਦੇ ਉੱਤੇ ਆਪਾਂ ਪੂਰਾ ਇੰਜੋਏ ਕੀਤਾ ਅਤੇ ਕਾ ਲੂਪਸ ਦਾ ਇੱਕ ਅੱਧਾ ਵਿਊ ਜਿਵੇਂ ਹੋਰ ਵੀ ਆਪਾਂ ਨੂੰ ਅੱਗੇ ਜਾ ਕੇ ਵੇਖਣ ਨੂੰ ਮਿਲੂਗਾ ਅਤੇ ਆਪਾਂ ਉਹ ਵੀ ਤੁਹਾਡੇ ਨਾਲ ਉੱਦਾਂ ਹੀ ਸਾਂਝਾ ਕਰਾਂਗੇ। ਅਤੇ ਹੁਣ ਆਪਾਂ ਜਿਵੇਂ ਜਿਵੇਂ ਪਹਾੜ ਦੇ ਉੱਪਰ ਆ ਰਹੇ ਹਾਂ ਤਾਂ ਤੁਸੀਂ ਵਿਊ ਦੇਖੋ। ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ, ਹਰ ਵੈਲੀ ਬਦਲਣ ਦੇ ਨਾਲ ਅਲੱਗ ਅਲੱਗ ਜਿਹੜੀ ਵੈਲੀ ਦੇ ਵਿਊਜ਼ ਆਉਣਗੇ, ਅਲੱਗ ਅਲੱਗ ਤੁਹਾਨੂੰ ਦੇਖ ਕੇ ਪਤਾ ਲੱਗ ਗਿਆ ਹੋਣਾ। ਪਹਿਲਾਂ ਪਥਰੀਲੇ ਪਹਾੜ ਸੀਗੇ, ਪਥਰੀਲੇ ਪਹਾੜਾਂ ਤੋਂ ਬਾਅਦ ਆਪਾਂ ਕਾਲ ਉਪਸ ਕਰੋਸ ਕਰਕੇ ਆਏ ਹਾਂ, ਉਸ ਤੋਂ ਬਾਅਦ ਜਿਹੜੇ ਪਹਾੜ ਹੈਗੇ ਤੁਹਾਡੇ ਸਾਹਮਣੇ ਉਹ ਕੱਚੇ ਆ ਗਏ ਆ। ਅਤੇ ਜਿਹੜੇ ਆਪਾਂ ਨੂੰ ਪਹਾੜ ਪਹਿਲਾਂ ਸੀਗੇ ਖੜਵੇਂ ਪਹਾੜ ਸੀਗੇ, ਉਹ ਬਿਲਕੁਲ ਹੁਣ ਲੰਬਾਈ ਦੇ ਵੱਲ ਨੂੰ ਜਾਂਦੇ ਪਏ ਆ। ਜਿਵੇਂ ਆਪਾਂ ਦੇਖ ਰਹੇ ਹਾਂ ਇੱਕੇ ਦਮ ਥੱਲੇ ਖਾਈ ਆਪਾਂ ਨੂੰ ਨਹੀਂ ਵਿਖਾਈ ਦੇ ਰਹੀ, ਉਹ ਸਲੋਲੀ ਸਲੋਲੀ ਥੱਲੇ ਨੂੰ ਜਿਹਨੂੰ ਆਪਾਂ ਢਲਾਣ ਬੋਲਦੇ ਹਾਂ ਪਹਾੜਾਂ ਦੀ, ਉਸ ਤਰ੍ਹਾਂ ਆਪਾਂ ਉੱਪਰ ਨੂੰ ਜਾ ਰਹੇ ਹਾਂ। ਹੁਣ ਫਿਰ ਜਿਸ ਤਰ੍ਹਾਂ ਆਪਣੀ ਵੈਲੀ ਚੇਂਜ ਹੋਈ ਤਾਂ ਆਪਾਂ ਨੂੰ ਫਿਰ ਉਸੇ ਤਰ੍ਹਾਂ ਹੀ ਪਥਰੀਲੇ ਪਹਾੜ ਆ ਜਿਹੜੇ ਉਹ ਆਪਾਂ ਨੂੰ ਵੇਖਣ ਨੂੰ ਮਿਲ ਰਹੇ ਆ। ਅਤੇ ਪਥਰੀਲੇ ਪਹਾੜਾਂ ਦੇ ਵਿੱਚ ਜਿਵੇਂ ਵੱਢ ਵੱਢ ਕੇ ਉਹਨਾਂ ਨੂੰ ਰਸਤਾ ਬਣਾਇਆ ਜਾਂਦਾ ਤਾਂ ਉੱਥੇ ਥੋੜ੍ਹਾ ਰਸਤਾ ਤੰਗ ਹੋ ਜਾਂਦਾ ਜਿਵੇਂ ਕਿ ਆਪਾਂ ਦੇਖ ਰਹੇ ਹਾਂ, ਬਟ ਇੱਥੇ ਆਪਾਂ ਨੂੰ ਕੋਈ ਪੱਥਰ ਦੇ ਉੱਪਰੋਂ ਖਿਸਕਣ ਦੀ ਜਾਂ ਹੋਰ ਆਪਾਂ ਨੂੰ ਰਸਤਾ ਬੰਦ ਹੋਣ ਦੀ ਜਾਂ ਬਲੋਕਜ ਹੋਣ ਦੀ ਕੋਈ ਖਤਰਾ ਨਹੀਂ ਰਹਿੰਦਾ, ਕਿਉਂਕਿ ਇਹ ਪੱਕੇ ਪਹਾੜ ਆ, ਇੱਥੇ ਆਪਾਂ ਨੂੰ ਕੋਈ ਉਹੋ ਜਿਹੀ ਪ੍ਰੋਬਲਮ ਨਹੀਂ ਆਉਂਦੀ ਗੀ। ਚਾਹੇ ਮੌਸਮ ਖਰਾਬ ਆ, ਚਾਹੇ ਸਹੀ ਆ, ਚਾਹੇ ਬਾਰਿਸ਼ਾਂ ਦਾ ਏ, ਤਾਂ ਉਹੋ ਜਿਹੀ ਕੋਈ ਪ੍ਰੋਬਲਮ ਇੱਥੇ ਆਪਾਂ ਨੂੰ ਨਹੀਂ ਵੇਖਣ ਨੂੰ ਮਿਲੂਗੀ। ਅਤੇ ਉਹ ਸਾਹਮਣੇ ਆਪਾਂ ਦੇਖ ਰਹੇ ਹਾਂਗੇ ਪੂਰੇ ਪਹਾੜਾਂ ਦੇ ਵਿੱਚ, ਕੱਚੇ ਪਹਾੜਾਂ ਦੇ ਵਿੱਚ ਖੇਤੀ ਕੀਤੀ ਹੋਈ ਆ ਉਹ ਸਾਹਮਣੇ ਦਾ ਏਰੀਆ, ਅਤੇ ਆਪਾਂ ਉੱਥੋਂ ਦੀ ਰੋਡਸ ਜਿਹੜੇ ਆਪਾਂ ਤਾਂ ਦੇਖ ਰਹੇ ਹਾਂ ਉਹ ਕ੍ਰੋਸ ਕਰਦੇ ਹੋਏ ਜਾਣਾ ਏ। ਅਤੇ ਸਾਹਮਣੇ ਜਿਵੇਂ ਆਪਾਂ ਜਿਗ ਜੈਕ ਰੋਡ ਬੋਲ ਰਹੇ ਸੀ, ਕਾ ਲੂਪਸ ਉਹ ਸਾਹਮਣੇ ਵਿਖਾਈ ਦੇ ਰਹੇ ਸੀ ਆਪਾਂ ਨੂੰ ਓਪੋਜ਼ਿਟ ਸਾਈਡ ਦੇ ਉੱਤੇ। ਅਤੇ ਇਹ ਹੁਣ ਫਿਰ ਆਪਾਂ ਪਥਰੀਲੇ ਪਹਾੜਾਂ ਤੋਂ ਬਾਅਦ ਬਿਲਕੁਲ ਕੱਚੇ ਪਹਾੜਾਂ ਵੱਲ ਨੂੰ ਵੱਧ ਰਹੇ ਹਾਂ, ਅਤੇ ਆਪਾਂ ਕੋਸ਼ਿਸ਼ ਕਰਾਂਗੇ ਅੱਗੇ ਜਾ ਕੇ ਇੱਧਰ ਮੂਨਲੈਂਡ ਆਉਂਦਾ ਬਹੁਤ ਵਧੀਆ ਤਾਂ ਉਹ ਵੀ ਵਿਖਾਵਾਂਗੇ। ਅਤੇ ਜਿਹੜੀ ਆਪਾਂ ਖੇਤੀ ਕੀਤੀ ਵੀ ਦੀ ਗੱਲ ਕਰਦੇ ਸੀ, ਜਿਹੜੇ ਦੂਰੋਂ ਵਿਖਾਏ ਸੀ, ਆਪਾਂ ਉਸ ਜਗ੍ਹਾ 'ਤੇ ਪਹੁੰਚ ਚੁੱਕੇ ਹਾਂ। ਦੇਖੋ ਕੁਦਰਤ ਵਾਹਿਗੁਰੂ ਦੀ, ਉਹਨਾਂ ਨੇ ਇੱਥੇ ਬਾਗ ਤੱਕ ਲਾਏ ਹੋਏ ਆ। ਜਿਸ ਤਰ੍ਹਾਂ ਆਪਾਂ ਨਾਕੋ ਦੇ ਵੱਲ ਨੂੰ ਵੱਧਦੇ ਰਵਾਂਗੇ ਤਾਂ ਆਪਾਂ ਨੂੰ ਥੋੜ੍ਹੀ ਥੋੜ੍ਹੀ ਜਿਹੜੀ ਗ੍ਰੀਨਰੀ ਆ ਉਹ ਵੇਖਣ ਨੂੰ ਮਿਲਦੀ ਰਹੂਗੀ। ਅਤੇ ਨਹੀਂ ਤਾਂ ਆਪਾਂ ਕਿੰਨੇ ਟਾਈਮ ਤੋਂ ਕ੍ਰੋਸ ਕਰਦੇ ਆ ਰਹੇ ਹਾਂ ਪਹਾੜ, ਆਪਾਂ ਨੂੰ ਕਿਤੇ ਕੋਈ ਵੀ ਪਲਾਂਟਸ ਜਾਂ ਰੁੱਖ ਟ੍ਰੀ ਜਾਂ ਗ੍ਰੀਨਰੀ ਵੇਖਣ ਨੂੰ ਨਹੀਂ ਮਿਲੀ, ਪਰ ਇੱਥੇ ਜਿਵੇਂ ਆਪਾਂ ਸਾਹਮਣੇ ਵੀ ਵਿਖਾਈ ਆਪਾਂ ਨੂੰ ਦੇ ਰਿਹਾ ਹੈਗਾ, ਤੁਸੀਂ ਬੜਾ ਕਲੀਅਰਲੀ ਵੇਖ ਰਹੇ ਹੋਵੋਗੇ ਕਿ ਆਪਾਂ ਨੂੰ ਉੱਥੇ ਬਾਗ ਲੱਗਾ ਹੋਇਆ ਦਿਸ ਰਿਹਾ ਸੀ। ਤਾਂ ਇੱਥੇ ਕਿਸੇ ਕਿਸੇ ਕਈ ਕਈ ਜਗ੍ਹਾ ਦੇ ਉੱਤੇ ਜਿਹੜੀ ਜ਼ਮੀਨ ਆ ਉਹ ਉਪਜਾਊ ਹੈਗੀ ਆ, ਜਿਵੇਂ ਕਿ ਆਪਾਂ ਸਾਹਮਣੇ ਬਾਗ ਦੇਖ ਰਹੇ ਹਾਂ, ਮੋਸਟਲੀ ਇੱਥੇ ਜਿਹੜੇ ਐਪਲ ਦੇ ਬਾਗ ਆ ਸੇਬਾਂ ਦੇ। ਪਰ ਬਾਗਾਂ ਦੇ ਨਾਲ ਨਾਲ ਜੇ ਗੱਲ ਕਰੀਏ ਤਾਂ ਜੋ ਆਪਾਂ ਨੂੰ
ਇਹ ਬਿਊਟੀਫੁਲ ਰੋਡ ਦੇ ਉੱਤੇ ਆਪਾਂ ਇੰਜੋਏ ਕਰ ਰਹੇ ਹਾਂ, ਉਹ ਇੱਕ ਵੱਖਰਾ ਹੀ ਆ। ਖੈਰ ਆਪਾਂ ਲੇਹ ਲਦਾਖ ਦਾ ਵੀ ਪੂਰਾ ਟ੍ਰਿਪ ਕੀਤਾ, ਪੂਰਾ ਘੁੰਮਿਆ, ਪੂਰਾ ਸਰਕਟ ਕੰਪਲੀਟ ਕੀਤਾ। ਪਰ ਜੇ ਉਹ ਸਾਹਮਣੇ ਜੋ ਨਾਕੋ ਦਾ ਵਿਊ ਦਿਸ ਰਿਹਾ ਆਪਾਂ ਨੂੰ, ਉਹ ਨਾਕੋ ਆ, ਨਾਕੋ ਵਿਲੇਜ ਆ ਚੁੱਕਿਆ। ਮੈਂ ਆਪਾਂ ਗੱਲ ਕਰ ਰਹੇ ਸੀ ਵੀ ਜੋ ਉੱਧਰ ਵਿਊ ਆਪਾਂ ਨੂੰ ਵੇਖਣ ਨੂੰ ਮਿਲੇ ਉੱਧਰ ਨਾਲੋਂ ਇੱਧਰ ਸਫ਼ਰ ਘੱਟ ਆ, ਪਰ ਵਿਊਜ਼ ਦੀ ਗਿਣਤੀ ਇੱਧਰ ਜ਼ਿਆਦਾ। ਇੱਧਰ ਧਰਤੀ ਆ ਜਿਹੜੀ, ਵੈਲੀ ਆ ਜਿਹੜੀ, ਉਹ ਥੋੜ੍ਹੇ ਥੋੜ੍ਹੇ ਸਮੇਂ ਬਾਅਦ ਹੀ ਚੇਂਜ ਹੋ ਰਹੀ ਆ, ਅਤੇ ਉੱਧਰ ਆਪਾਂ ਨੂੰ ਜ਼ਿਆਦਾ ਲੰਮਾ ਸਫ਼ਰ ਕਰਨ ਤੋਂ ਬਾਅਦ ਜਿਹੜੇ ਵਿਊਜ਼ ਚੇਂਜ ਹੁੰਦੇ ਸੀ, ਜਿਹਦੇ ਕਰਕੇ ਆਪਾਂ ਨੂੰ ਥੋੜ੍ਹਾ ਲੰਮਾ ਸਫ਼ਰ ਹੋਣ ਦੇ ਕਾਰਨ ਲੇਹ ਵਾਲੀ ਸਾਈਡ ਥੋੜ੍ਹਾ ਬੋਰਿੰਗ ਫੀਲ ਹੋਇਆ, ਅਤੇ ਇੱਧਰ ਆਪਾਂ ਨੂੰ ਉਹ ਫੀਲਿੰਗ ਜਿਹੜੀ ਆ ਘੱਟ ਆ ਰਹੀ ਆ। ਲਓ ਜੀ, ਆਪਾਂ ਨਾਕੋ ਪਹੁੰਚ ਚੁੱਕੇ ਹਾਂ। ਨਾਕੋ ਦੀ ਐਂਟਰੀ 'ਤੇ ਢਾਬੇ ਬਣੇ ਹੋਏ ਆ, ਅਤੇ ਆਪਾਂ ਸਟਿੱਕਰ ਵੀ ਆਪਣੇ ਚੈਨਲ ਦਾ ਲਾ ਦਿੱਤਾ ਹੈ, ਖੋਸ਼ ਢਾਬਾ। ਕਾਸ਼ ਐਚ ਨੂੰ ਏ ਬਣਾਇਆ ਹੁੰਦਾ, ਖੋਸਾ, ਅਤੇ ਗੁੱਡ ਕੰਮ ਹੋ ਜਾਣਾ ਸੀ। ਅਤੇ ਆਪਾਂ ਇੱਥੋਂ ਹੁਣ ਲੰਚ ਕਰਾਂਗੇ, ਉਦੋਂ ਪਹਿਲਾਂ ਇੱਕ ਵਾਰੀ ਥੋੜ੍ਹਾ ਬਹੁਤਾ ਤੁਰਦੇ ਫਿਰਦੇ ਹਾਂ, ਘੁੰਮਦੇ ਹਾਂ, ਅਤੇ ਫਿਰ ਆਪਾਂ ਲੰਚ ਕਰਕੇ ਨਾਕੋ ਆਪਾਂ ਮਨਿਸਟਰੀ ਵੇਖਣ ਜਾਵਾਂਗੇ, ਅਤੇ ਨਾਲ ਆਪਾਂ ਲੇਕ ਦਾ ਵੀ ਇੰਜੋਏ ਕਰਕੇ ਆਵਾਂਗੇ। ਅਤੇ ਇੱਥੇ ਇੱਕ ਹੋਰ ਚੀਜ਼ ਆ ਵੀ ਇੱਥੇ ਆਪਾਂ ਨੂੰ ਇੱਕ ਹੋਰ ਚੀਜ਼ ਦੇਖਣ ਨੂੰ ਮਿਲੂਗੀ ਕਿ ਇੱਥੇ ਹੈਲੀਪੈਡ ਬਣਿਆ ਹੋਇਆ ਸਾਹਮਣੇ। ਇਹ ਜਿਹੜੀ ਜਗ੍ਹਾ ਉਹ ਹੈਲੀਪੈਡ ਦੀ ਆ। ਤੁਸੀਂ ਜਿਵੇਂ ਕਿ ਰਸਤੇ ਬਲੌਕ ਹੋ ਜਾਂਦੇ ਆ ਤਾਂ ਇੱਥੇ ਟਰੈਵਲਿੰਗ ਦੇ ਲਈ, ਐਮਰਜੈਂਸੀ ਦੇ ਲਈ ਹੈਲੀਕਾਪਟਰ ਵਗੈਰਾ ਦੀ ਯੂਸੇਜ ਕਰ ਸਕਦੇ ਹਾਂ। ਫਿਰ ਆਰਮੀ ਨੇ ਵੀ ਜਿਸ ਤਰ੍ਹਾਂ ਆਉਣਾ ਜਾਣਾ ਹੁੰਦਾ ਤਾਂ ਉਹ ਹੈਲੀਪੈਡ ਵਗੈਰਾ ਦਾ ਸਹਾਰਾ ਲੈਂਦੇ ਆ। ਗੱਡੀ ਆਪਾਂ ਖੁੱਲ੍ਹੇ ਥਾਂ 'ਤੇ ਪਾਰਕ ਕਰ ਦਿੱਤੀ ਆ। ਖੈਰ ਇੱਧਰ ਵੀ ਇੱਕ ਚੀਜ਼ ਆਪਾਂ ਨੂੰ ਦੇਖਣ ਨੂੰ ਮਿਲੀ ਆ, ਆਪਾਂ ਜਦੋਂ ਦਾ ਤੁਸੀਂ ਕਹਿ ਲਓ ਰਾਮਪੁਰ ਕ੍ਰੋਸ ਕੀਤਾ, ਕਿ ਆਪਾਂ ਨੂੰ ਪਾਰਕਿੰਗ ਵਗੈਰਾ ਦੀ ਉਵੇਂ ਪ੍ਰੋਬਲਮ ਨਹੀਂ ਆਉਂਦੀ ਜਿਸ ਤਰ੍ਹਾਂ ਕਿ ਆਪਾਂ ਨੂੰ ਮਨਾਲੀ, ਸ਼ਿਮਲੇ ਵਗੈਰਾ ਪਾਰਕਿੰਗ ਦੀ ਬਹੁਤ ਜ਼ਿਆਦਾ ਪ੍ਰੋਬਲਮ ਫੇਸ ਕਰਨ ਨੂੰ ਮਿਲਦੀ ਆ। ਅਤੇ ਇਸੇ ਤਰ੍ਹਾਂ ਹੀ ਹੁਣ ਆਪਾਂ ਤੁਹਾਨੂੰ ਇੱਕ ਝਾਂਕਾ ਬਾਕਾ ਬਾਹਰ ਦਾ ਵਿਖਾ ਕੇ ਅਤੇ ਲੰਚ ਕਰਨ ਚੱਲਦੇ ਹਾਂ, ਅਤੇ ਆਪਾਂ ਜਲਦੀ ਮਿਲਦੇ ਹਾਂ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ, ਜਿਹਦੇ ਵਿੱਚ ਆਪਾਂ ਮਨਿਸਟਰੀ ਅਤੇ ਲੇਕ ਵਿਖਾਵਾਂਗੇ। ਬਣੇ ਰਹੋ, ਜੁੜੇ ਰਹੋ, ਉਦੋਂ ਤੱਕ ਦੇ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ। ਲਾਈਕਸ ਅਤੇ ਕਮੈਂਟ ਜ਼ਰੂਰ ਕਰਕੇ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ।